ਹੁੰਦਾ ਬੇਨਮਾਜ਼ੀ ਕੋਲ ਕੋਈ ਆਵੇ ਆ ਨਾ ਪਹਿਲੇ ਪਿਆਰ ਨਾਲ ਸਮਝਾਉਂਦੇ ਆ ਜੇ ਨਾ ਸਮਝਿਆ ਫਿਰ ਥੋੜੇ ਨਾਰਾਜ਼ ਹੋ ਕੇ ਸਮਝਾਉਂਦੇ ਆ ਫਿਰ ਆਇਆ ਤੇ ਪਤਾ ਲੱਗਿਆ ਵੀ ਨਾ ਪਿਆਰ ਅਸਰ ਕੀਤਾ ਹੈ ਨਾ ਨਾਰਾਜ਼ਗੀ ਅਸਰ ਕੀਤਾ ਹੈ ਫਿਰ ਉਹਨੂੰ ਨੇੜੇ ਹੀ ਨਾ ਲੱਗਣ ਅੱਲਾਹ ਅਕਬਰ ਮਹਬੂਬ ਪਾਕ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦੇ ਗੁਲਾਮੋ ਤੇ ਜਿਹੜਾ ਮੁਰੀਦ ਹਰ ਮੁਲਾਕਾਤ ਤੇ ਕੋਈ ਨਜ਼ਰਾਨਾ ਪੇਸ਼ ਕਰਿਆ ਤੇ ਉਸ ਨੂੰ ਆਪ ਫਰਮਾਉਂਦੇ ਆ ਯਾਰ ਹਰ ਮੁਲਾਕਾਤ ਤੇ ਜੇ ਨਜ਼ਰਾਨਾ ਦੇਸੀ ਮੇਰੇ ਤਵੱਕਲ ਵਿੱਚ ਕਮੀ ਆਵੇ ਸੀ ਹੋਈ ਸੁਭਾਨ ਅੱਲਾਹ ਅਕਬਰ ਕਲੰਦਰ ਅੱਲਾਹ ਫਰਮਾਉਂਦੇ ਨੇ ਤਮੰਨਾ ਕਰ ਤੇ ਦਿਲ ਕੀ ਹੋ ਤੋ ਕਰ ਖਿਦਮਤੀ नजराना न कबूल फरमाना बल्कि बाल दफा नजराना भी हत्थों दे के नाल दुआ फरमानी होते वास्ते अल्लाह तेनू बरकत देवे बाल दफा मुरीद को पूछना भाई दस तेरे ते कर्ज तो नहीं हुजूर हे फरमाया ये नजराना भी नहीं बन ते मैं दुआ करें ना अल्लाह तेरा कर्ज त्रिखे उतारे फिक्र रख पहले कर्ज उतार अपना बाद दफा अपने मुरीद को इन फरमाना दस भाई हलाल है हुजूर हलाल है कर्ज तो नहीं तेरे उते हुजूर कोई नहीं अच्छा ये दस भाई तेरे करीब कोई यतीम ज्यादा हकदार ते नहीं कोई रिश्तेदार ज्यादा हकदार ते नहीं उनू भी संभाल जा या उनू हवाले बावजूद आप फरमान और फरमाते हैं इन्हां दो दा तो सवाल नहीं होना रह गया सवाल नमाज रोजे दा कोशिश पूरी पूरी करेंदा अल्लाह करे सी रब इन्हां च कामयाबी अता फरमा महबूब पाक सल्लल्लाहु तआला अलैहि वसल्लम दे गुलाम आप दिन में एक बार खाना खांदे ते एक किस्म दा ते अगर किथाई मजबूरी ते खाने होए ने कि चंद किस्म ते थोड़े थोड़े है ने ते आपने इक्को बर्तन च रला लेना ते फरमाना नफ्स जो के बागी हो गए ने चस्का दे पिछू चल पैंदा है इनू रहगा एको ही दिन बंदा जेड़ा अपने हल्क पेट है ना पेट बोलो तो सही आवाज आए पानी पेट है पिछे चल के हर चस्के दे पिछे चलना फकीर फरमांदे बहुत मुश्किल है तेरा अपनी शर्मगार बुराई तो बचा हराम तो हराम होए कई बार माल हलाल होता है लेकिन ईमान वाले नु किस कई वजह तू छोड़ना हो माल हलाल होता है कई वजह तू छोड़ना पौंदा है महबूबे पाक सल्लल्लाहु तआला अलैहि वसल्लम गुलामो तो इस वास्ते जरूरी है कि तुसा इस गल का भी ख्याल करो अल्लाह तबारक व तआला जल्ल शानू पाक महबूब का सदका समझ अता फरमाए और ए चूंकि आप सरकार हजरत खाजा उबैदुल्लाह मुल्तानी रहमतुल्लाह ने आप सरकार विसाल तो पहले अपनी जिंदगी का हिसाब अपने कोल लिखी जिंदगी का हिसाब क्यों आप फरमाया
ਇਹ ਮੇਰੇ ਮਰਨ ਦੇ ਬਾਅਦ ਮੇਰੇ ਨਾਲ ਰੱਖ ਛੁੜਨ। ਇਹ ਕਿੱਥੋਂ ਸਿੱਖੇ? ਆਪ ਦੇ ਮੁਰਸ਼ਿਦ ਹਜ਼ਰਤ ਖਾਜਾ ਖੁਦਾ ਬਖਸ਼ ਰਹਿਮਤੁਲਾ ਅਲੈ, ਆਪ ਕੁਛ ਖਾਣਾ ਨਾ ਤੇ ਲਿਖ ਲੈਣਾ, ਖਾਣਾ ਤੇ ਲਿਖ ਲੈਣਾ ਤੇ ਕੁਝ ਦੀਆਂ ਬਾਤ ਆਪਣੇ ਸਾਹਮਣੇ ਕਰਕੇ ਖੁਦ ਨੂੰ ਫਰਮਾਉਣਾ ਇਹ ਨੇਮਤਾਂ ਖਾਧੀਆਂ ਹੋਈਆਂ ਨੇ, ਇਹ ਖਾਦਾ ਇਹ ਹਿਸਾਬ ਦੇਣਾ ਹੀ। ਇਹੋ ਕੰਮ ਔਖਾ ਹੁੰਦਾ, ਇਹੋ ਕੰਮ ਔਖਾ ਹੁੰਦਾ, ਇਹ ਕੰਮ ਔਖਾ ਹੁੰਦਾ ਹੈ ਬੜਾ, ਆਪਣੇ ਕੋਲ ਹਿਸਾਬ ਲੈਣਾ। ਅੱਲਾ ਦੇ ਫਕੀਰਾਂ ਦਾ ਇਹੋ ਕੰਮ ਹੈ, ਉਹ ਆਪਣੇ ਕੋਲੋਂ ਆਪ ਹਿਸਾਬ ਲੈਂਦੇ, ਆਪਣੇ ਕੋਲ ਆਪ ਹਿਸਾਬ ਲੈਂਦੇ ਨੇ, ਖੁਦ ਨੂੰ ਮੁਖਾਤਬ ਕਰਦੇ ਨੇ। ਔਰ ਉਹ ਜਿਹੜੀ ਗੱਲ ਨਹੀਂ ਆਉਂਦੀ, ਪਿਛਲੇ ਜੁਮੇ ਤੇ ਇੱਕ ਸ਼ੇਰ ਸੁਣਾਇਆ, ਬੋਲੋ ਇੱਕ ਵਾਰੀ ਆਵਾਜ਼ ਹੈ, ਮਿਟਾ ਕਰੀ ਆਪਣੀ ਹਸਤੀ
ਇਹ ਜੁਮਲਾ ਆਖਣ ਵਾਲਾ ਬੰਦਾ ਬੇਈਮਾਨ ਹੈ, ਆਖਣ ਵਾਲਾ ਬੰਦਾ ਬੇਈਮਾਨ। ਅੱਲਾਹ ਤਾਲਾ ਕੁਰਾਨ ਵਿੱਚ ਫਰਮਾਉਂਦਾ ਹੈ ਯੁਦਿਲੁ ਬਿਹੀ ਕਸੀਰਾ ਵਯਹਦੀ ਬਿਹੀ ਕਸੀਰਾ। ਕੁਰਾਨ ਨਾਲ ਬਹੁਤ ਸਾਰੇ ਪਹਿਲੇ ਫਰਮਾਏ ਯੁਦਿਲੁ ਬਿਹੀ ਕਸੀਰਾ, ਬਹੁਤ ਸਾਰੇ ਗੁੰਮਰਾਹ ਹੋਏ, ਵਯਹਦੀ ਬਿਹੀ ਕਸੀਰਾ ਬਹੁਤ ਸਾਰੇ ਹਿਦਾਇਤ। ਗੁੰਮਰਾਹਾਂ ਦਾ ਜ਼ਿਕਰ ਪਹਿਲੇ ਤੇ ਇਹ ਤੇ ਖੁਦ ਰੱਬ ਕੁਰਾਨ ਦੇ ਅੰਦਰ ਫਰਮਾ ਰਿਹਾ ਕਿ ਕੁਰਾਨ ਨਾਲ ਬੰਦੇ ਬਹੁਤ ਸਾਰੇ ਗੁੰਮਰਾਹ ਹੋ। ਤੇ ਹੁਣ ਜਿਹੜਾ ਮੁਸਲਮਾਨਾਂ ਦਾ ਕੁਰਾਨ ਤੇ ਅਕੀਦਾ ਹੈ ਕਿ ਨਹੀਂ, ਤੇ ਕੁਰਾਨ ਤੇ ਇੰਝ ਫਰਮਾ ਰਿਹਾ ਕਿ ਕੁਰਾਨ ਨਾਲ ਬੰਦੇ ਗੁੰਮਰਾਹ ਹੀ ਹੁੰਦੇ ਨੇ। ਤੇ ਹੁਣ ਕੋਈ ਆਖੇ ਇਹ ਜੁਮਲਾ ਆਖਣ ਵਾਲਾ ਕਾਫਿਰ ਹੈ ਤੇ ਮਾਜ਼ ਅੱਲਾ, ਉਸਨੇ ਤੇ ਅੱਲਾਹ ਤਾਲਾ ਅੱਲਾਹ ਦੇ ਨਬੀ ਵਾਸਤੇ ਇਹ ਸਾਰੇ ਮੁਸਲਮਾਨਾਂ ਵਾਸਤੇ ਸਾਹਬਾ ਆਲੇ ਬੈਤ ਸਾਰਿਆਂ ਦੇ ਵਾਸਤੇ ਕਿਹੜਾ ਅਕੀਦਾ ਬਣਿਆ? ਇਸ ਵਾਸਤੇ ਅੱਜ ਜਾਹਿਲ ਬੰਦਾ ਹਮੇਸ਼ਾ ਤਬਾਹੀ ਕਰਦਾ ਹੈ ਆਪਣੀ ਦੂਜਿਆਂ ਦੀਆਂ। ਰੱਬ ਅਮਲ ਦੀ ਤੌਫੀਕ ਅਤਾ ਫਰਮਾ ਤੋ ਕੀਤੀ।